ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕਾਂਗਰਸ ਦੇ ਨੇਤਾ ਜਗਦੀਸ਼ ਟਾਇਲਰ ਨੇ ਜਾਰੀ ਹੋਏ ਸਟਿੰਗ ਤੋਂ ਬਾਅਦ ਜਿੱਥੇ ਪੰਜਾਬ ਦੀ ਸਿਆਸਤ ਹੜਕਾ ਮੱਚ ਗਿਆ ਹੈ ਉੱਥੇ ਹੀ ਸਿੱਖਾਂ ਵਿੱਚ ਭਾਰੀ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ 1984 ਸਿੱਖ ਵਿਰੋਧੀ ਦੰਗਾ ਪੀੜਤ ਸੰਸਥਾ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਸੁਰਜੀਤ ਕੌਰ ਨੇ ਆਖਿਆ ਕਿ ਇਸ ਖੁਲਾਸੇ ਤੋਂ ਬਾਅਦ ਸਾਬਿਤ ਹੋ ਗਿਆ ਕਿ ਜਗਦੀਸ਼ ਟਾਇਲਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਹਿਣ 'ਤੇ ਹੀ ਸਿੱਖਾਂ ਕਤਲੇਆਮ ਕਰਵਾਇਆ ਸੀ। ਇਸ ਦੇ ਨਾਲ ਹੀ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਕੀਤੀ ਹੈ ਕਿ ਉਹ ਆਪਣੇ ਚੁਣਾਵੀ ਵਾਅਦੇ ਪੂਰੇ ਕਰਕੇ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਬਿਆਨ ਦਿੱਤਾ ਔਰ ਸਭ ਤੋਂ ਵੱਡਾ ਖੁਲਾਸਾ ਉਹਨੇ ਇੱਕ ਹੋਰ ਕੀਤਾ ਜਿਹੜਾ ਉਹਨੇ ਕਿਹਾ ਕਿ ਮੈਨੂੰ ਉਸ ਟਾਈਮ ਕਾਂਗਰਸ ਸਰਕਾਰ ਨੇ ਇਹ ਕਿਹਾ ਸੀਗਾ ਭਈ ਅਗਰ ਜਿਤਨੇ ਜ਼ਿਆਦਾ ਤੋਂ ਜ਼ਿਆਦਾ ਕਤਲੇਆਮ ਕਰਵਾਏਗਾ ਅਸੀਂ ਦਿੱਲੀ ਦੀ ਜਿਹੜੀ ਹੈਗੀ ਆ ਤੈਨੂੰ ਮੁੱਖ ਮੰਤਰੀ ਦਾ ਅਹੁਦਾ ਦੇਵਾਂਗੇ। ਇਹ ਦੇਖੋ ਸਭ ਤੋਂ ਮਤਭਾਗੀ ਗੱਲ ਹੈਗੀ ਆ। ਸਾਰੀ ਦੁਨੀਆਂ ਨੂੰ ਪਤਾ, ਸਿੱਖਾਂ ਨੂੰ ਬੱਚੇ ਨੂੰ ਪਤਾ ਦਿੱਲੀ ਦੇ ਵਿੱਚ ਕਿ ਸਿੱਖਾਂ ਦਾ ਸਭ ਤੋਂ ਵੱਡਾ ਕਤਲੇਆਮ ਜਿਹੜਾ ਕਰਵਾਇਆ ਜਗਦੀਸ਼ ਟਾਇਲਰ ਨੇ ਕਰਵਾਇਆ, ਸੁਜੈਨ ਕੁਮਾਰ ਨੇ ਕਰਵਾਇਆ। ਅੱਜ ਉਹ ਆਪ ਮੰਨ ਗਿਆ ਕਿ ਮੈਂ ਸੋ ਸਿੱਖਾਂ ਦਾ ਕਤਲੇਆਮ ਕਰਵਾਇਆ। ਇਸ ਤੋਂ ਉੱਪਰ ਹੁਣ ਕੋਈ ਸਬੂਤ ਦੀ ਲੋੜ ਨਹੀਂ ਆਈ। CBI ਨੂੰ ਚਾਹੀਦਾ, ਦਿੱਲੀ ਪੁਲਿਸ ਨੂੰ ਚਾਹੀਦਾ ਤੁਰੰਤ ਨੂੰ ਅਰੈਸਟ ਕਰਨ, ਗ੍ਰਿਫਤਾਰ ਕਰਕੇ ਤਾਂ ਪੁੱਛਗਿੱਛ ਹੋਣੀ ਚਾਹੀਦੀ ਹੈ।